ਭਲਵਾਨ ਜੀ ਨੂੰ ਕਹਿ ਕੇ ਅਸੀਂ ਅੱਜ ਰੇਟ ਇਸ ਤਰ੍ਹਾਂ ਦੇ ਲਾਣੇ ਨੇ ਕਿ ਬਾਈ ਕਹਿਣਗੇ ਕਿ ਮੈਰੂਨ ਵਾਲਾ ਟੈਡੀ ਬੇਅਰ ਹੈ ਦੋਸਤੋ ਭਾਈਓ, ਟੋਪੀਆਂ ਵਾਲਾ ਸ਼ੌਕ, ਸਿਲਵਰ ਟੋਪੀਆਂ ਵਾਲਾ ਗੋਲਡਨ ਬੇਅਰ, ਚੈੱਕ ਓਰੀਜਨਲ ਡਬ ਵਾਲਾ ਬੇਅਰ ਹੈ ਦੋਸਤੋ ਭਾਈਓ, 11,000 ਦਾ, 5,000 ਰੁਪਏ ਦੇ ਵਿੱਚ ਡਬ ਵਾਲਾ ਜੋਰਾ ਦੋਸਤੋ, ਅੱਲਾ ਭਾਈ ਇਹ ਮਿੱਸਾ ਬੇਅਰ ਹੈ, ਚੈੱਕ ਕਰ ਲੈ ਭਲਵਾਨ ਜੀ, ਸਿਰਫ 5,000 ਰੁਪਏ ਦੇ ਵਿੱਚ ਜੋਰਾ ਲਾ ਰਹੇ ਨੇ ਦੋਸਤੋ ਭਾਈਓ, ਚੈੱਕ ਕਰੋ 1,000 ਰੁਪਏ ਪਰ, ਜੋ ਬੱਚਾ ਰਿਜ਼ਲਟ ਨਹੀਂ ਦਿੱਤਾ ਉਸ ਬੱਚੇ ਕੇ ਬਦਲੇ ਬੱਚਾ ਮਿਲੇਗਾ ਦੋਸਤੋ, 1,200 ਰੁਪਏ ਸਾਹਿਬ ਓਕੇ ਹੋ ਗਿਆ ਜੀ, ਬਿਲਕੁਲ ਫਾਈਨਲ ਹੋ ਗਏ। ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ, ਵਾਂਸ ਅਗੇਨ ਵੈਲਕਮ ਬੈਕ, ਲੱਖੋਂ ਕਰੋੜੋਂ ਦਰੂਦੋ ਸਲਾਮ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਪਰ ਔਰ ਉਨਕੀ ਆਲ ਪਰ। ਤੋ ਦੋਸਤੋ ਭਾਈਓ, ਪਹਿਲਵਾਨ ਸਾਹਿਬ ਕੇ ਪਾਸ ਆਏ ਹੈ ਜੀ ਕਾਫੀ ਦਿਨੋਂ ਕੇ ਬਾਅਦ, ਔਰ ਪਹਿਲਵਾਨ ਸਾਹਿਬ ਸਮਝ ਲੇ ਕਿ ਘਰ ਕਾ ਕਾਮ ਕਰ ਰਹੇ ਥੇ, ਕੰਸਟਰਕਸ਼ਨ ਕਾ ਕਾਮ ਕਰ ਰਹੇ ਥੇ, ਘਰ ਬਣਾ ਰਹੇ ਥੇ, ਖੁੱਡੇ ਵਗੈਰਾ ਨੇ ਬਣਾ ਰਹੇ ਥੇ। ਤੇ ਹਾਂਜੀ ਭਲਵਾਨ ਜੀ, ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ ਭਲਵਾਨ ਜੀ, ਕੀ ਹਾਲ ਚਾਲ ਨੇ ਜੀ? ਸ਼ੁਕਰ ਅੱਲਾ ਦਾ ਭਾਈ। ਤੇ ਭਲਵਾਨ ਜੀ, ਬੇਸ਼ੁਮਾਰ ਦੋਸਤ ਵੇਟ ਤੇ ਹੈਗੇ ਸੀਗੇ ਯਾਰ, ਭਲਵਾਨ ਜੀ ਦੇ ਸ਼ੌਕ ਨੀ ਕਰਾ ਰਹੇ, ਭਲਵਾਨ ਜੀ ਦੀ ਵੀਡੀਓ ਨੀ ਲਾ ਰਹੇ, ਕਿਉਂ ਕਿ ਜਿਹੜੇ ਸਾਡੇ ਦੋਸਤ ਪੁਰਾਣੇ ਸੀ ਜਿਨ੍ਹਾਂ ਦੀ ਅਸੀਂ ਪਹਿਲੇ ਤੋਂ ਵੀਡੀਓ ਬਣਾ ਰਹੇ ਸੀ, ਉਹਨਾਂ ਦੋਸਤਾਂ ਨੂੰ ਜ਼ਿਆਦਾਤਰ ਲੋਕ ਵੇਖਦੇ ਪਏ ਨੇ ਜੀ ਜੀ। ਹਮਜ਼ਾ ਭਾਈ, ਹਮਜ਼ਾ ਭਾਈ ਬਸ ਥੋੜੀ ਜਿਹੀ ਮੁਸ਼ਕਿਲ ਸੀ ਜਿਸ ਦੀ ਵਜ੍ਹਾ ਸੇ ਨਹੀਂ ਤੇ ਆ ਰਹੇ, ਇਨਸ਼ਾਅੱਲਾ ਤਾਲਾ ਰੈਗੂਲਰ ਆਏਗੇ। ਤੇ ਭਲਵਾਨ ਜੀ, ਅੱਜ ਹੈਪੀ ਸੰਡੇ ਹੈ ਜੀ, ਹਮਜ਼ਾ ਭਾਈ ਐਤਵਾਰ ਦਾ ਦਿਨ ਨੇ ਜੀ, ਹਮਜ਼ਾ ਭਾਈ ਤੇ ਪਰਦੇਸੀ ਭਾਈਆਂ ਵਾਸਤੇ ਸ਼ੌਕ ਹੈ ਜੀ, ਹਮਜ਼ਾ ਭਾਈ ਸਾਰਿਆਂ ਵਾਸਤੇ ਸ਼ੌਕ ਹੈ ਨਾ, ਸਾਰਿਆਂ ਵਾਸਤੇ ਕਿ ਜਿਸ ਤਰ੍ਹਾਂ ਦਾ ਵੀ ਸ਼ੌਕ ਤੁਸੀਂ ਕਰਾਓਗੇ ਤੇ ਥੋੜਾ ਜਿਹਾ ਹਿੰਟ ਦੇ ਦਿਓ ਕਿ ਭਾਈ ਵੀਡੀਓ ਪੂਰੀ ਦੇਖਣ, ਕਿਸ ਲੈਵਲ ਦਾ ਸ਼ੌਕ ਹੈਗਾ, ਰੇਟ ਕੈਸੇ ਹੋਣਗੇ? ਹਮਜ਼ਾ ਭਾਈ ਬੱਚੇ ਨੇ ਗਰੰਟੀਆਂ ਵਾਲੇ, ਇਨਸ਼ਾਅੱਲਾ ਤਾਲਾ ਉਹ ਵਾਵਾਂ ਦੇ, ਇੱਕ ਲਾਟ ਹੈ ਬਰੀਡਰ ਕਬੂਤਰਾਂ ਦੀ, 3-4 ਜੋੜੇ ਨੇ ਬਸ, ਇੰਨਾ ਕੋਈ ਸ਼ੌਕ ਕਰਾਵਾਂਗੇ। ਬਰੀਡਰ ਕਬੂਤਰਾਂ ਨੂੰ ਲਾਟ ਚ ਲਾ ਦਿਓਗੇ ਜੀ? ਹਮਜ਼ਾ ਭਾਈ ਸਹੀ ਹੋਗਾ, ਉਸ ਤੋਂ ਇਲਾਵਾ ਕੋਈ 3-4 ਜੋੜੇ ਹੋਣਗੇ? ਹਾਂ ਤੇ ਇੱਕ ਬੱਚਿਆਂ ਦੀ ਲਾਟ ਹੈ, 18-20 ਬੱਚੇ ਹੋਣਗੇ। ਬੱਚੇ ਦੋਸਤੋ ਭਾਈ ਉਹਨਾਂ ਦੇ ਘਰ ਦੇ ਪਲੇ ਨੇ ਜੀ, ਹਮਜ਼ਾ ਭਾਈ ਗਰੰਟੀਆਂ ਵਾਲੇ ਘਰ ਦੇ ਬੱਚੇ ਨੇ। ਤੇ VIP ਸ਼ੌਕ ਹੋਏਗਾ ਤੇ ਭਲਵਾਨ ਜੀ ਦਾ ਨੰਬਰ ਚਲਾ ਦੇਵਾਂਗੇ, ਵੀਡੀਓ ਲਾਸਟ ਤੱਕ ਦੇਖਣੀ ਹੈ। ਅਖੀਰ ਦਾ ਸ਼ੌਕ ਹੋਏਗਾ, ਮੁਨਾਸਿਬ ਰੇਟਾਂ ਦੇ ਉੱਤੇ ਸ਼ੌਕ ਹੋਏਗਾ, ਕਿਉਂਕਿ ਭਲਵਾਨ ਜੀ ਨੂੰ ਕਹਿ ਕੇ ਅਸੀਂ ਅੱਜ ਰੇਟ ਇਸ ਤਰ੍ਹਾਂ ਦੇ ਲਾਣੇ ਨੇ ਕਿ ਭਾਈ ਕਹਿਣਗੇ ਕਿ ਵਾਕਈ ਯਾਰ ਕਿਸੇ ਨੇ ਕੋਈ ਸ਼ੌਕ ਜੀ, ਹੁੰਦਾ ਭਾਈ ਇਨਸ਼ਾਅੱਲਾ ਤਾਲਾ ਐਸੇ ਹੀ ਹੋਊਗਾ ਕਰਵਾਤਾ ਹੈ। ਤੇ ਭਲਵਾਨ ਜੀ ਉੱਠੋ, ਸ਼ੌਕ ਕਰਾਈਏ ਜੀ ਦੋਸਤੋ, ਸ਼ੌਕ ਕਰੇ, ਆਗਾਜ਼ ਹੋ ਗਿਆ, ਚੈੱਕ ਕਰੇ, ਇਹ ਫਸਟ ਬੇਅਰ ਹੈ ਮਾਸ਼ਾਅੱਲਾ। ਹਮਜ਼ਾ ਭਾਈ ਇਹ ਟੈਡੀ ਮੈਰੋਂ ਵਾਲਾ ਬੇਅਰ ਹੈ, ਮੈਰੋਂ ਵਾਲਾ ਟੈਡੀ ਬੇਅਰ ਹੈ ਦੋਸਤੋ ਭਾਈਓ, ਸ਼ੌਕ ਤਸੱਲੀ ਸੇ ਕਰਨਾ, ਹੈਪੀ ਸੰਡੇ, ਇਨਸ਼ਾਅੱਲਾ ਤਾਲਾ ਮਜ਼ਾ ਆਏਗਾ ਭਾਈਓ ਕੋ, ਇਹ ਨਾਰਾ ਦੋਸਤੋ ਭਾਈਓ, ਚੈੱਕ ਕਰੇ ਮਾਸ਼ਾਅੱਲਾ, ਇਸਕੀ ਆਂਖ ਦੇਖੇ ਮਾਸ਼ਾਅੱਲਾ ਸੇ, ਫੁੱਲ ਸਾਫ ਆਂਖ ਹੈ ਇਸਕੀ, ਕਰੀਮ ਆਂਖ ਹੈ, ਪਲਕ ਔਰ ਨੋਕ ਦੇਖੇ, ਪਰ ਕਾ ਸ਼ੌਕ ਕਰੇ ਦੋਸਤੋ, ਬਗਲ ਚੈੱਕ ਕਰੇ ਇਸਕੀ, ਨੇ ਭਰ ਆ ਰਹੇ ਕਰੀਜ਼ ਮੇਂ, ਜੈਸੇ ਕਿ ਭਾਈਓ ਕੋ ਪਤਾ ਕਿ ਆਲਮੋਸਟ ਪਰਿੰਦੇ ਕਰੀਜ਼ ਮੇਂ, ਦੁਮਕਾ ਸ਼ੌਕ ਕਰੇ, ਔਰ ਯੇ ਇਸਕੇ ਪੰਜੇ। ਤੇ ਭਲਵਾਨ ਜੀ ਨੇ ਰੇਟ ਬੜੇ ਮੁਨਾਸਿਬ ਲਗਾਣਾ ਨਾ ਦੋਸਤੋ, ਇਹ ਹਮਜ਼ਾ ਭਾਈ ਫੀਮੇਲ ਹੈ, ਇਹ ਮਾਦੀ ਆ ਦੋਸਤੋ, ਚੈੱਕ ਕਰੇ ਮਾਸ਼ਾਅੱਲਾ, ਹਮਜ਼ਾ ਭਾਈ ਇਨਕੀ ਸਟੈਂਡਿੰਗ ਦੇਖੇਂਗੇ ਦਿਲ ਖੁਸ਼ ਹੋ ਜਾਏਗਾ, ਐਸੀ ਭਲਵਾਨ ਜੀ ਮਾਸ਼ਾਅੱਲਾ ਜੋਰੇ ਤੁਹਾਡਾ ਅੱਛਾ ਹੈਗਾ, ਕਿ ਕੈਸੀ ਪੀਲੀ ਪਲੇਗਾ, ਪਰ ਕਾ ਸ਼ੌਕ ਕਰੇ ਦੋਸਤੋ, ਹਮਜ਼ਾ ਭਾਈ ਇਹ ਮੇਰੇ ਘਰ ਕਾ ਜੋਰਾ ਹੈ ਲਗਾ ਹੋਰ ਬਹੁਤ ਬੱਚੇ ਉਡਾਤਾ, ਬੱਚੇ ਉਡਾਤਾ ਮਾਸ਼ਾਅੱਲਾ, ਕਿਆ ਬਾਤ ਹੈ ਜੀ, ਬਾਹਰ ਵਾਲੇ ਪਰ ਗੋਲ ਕਿਉਂ ਹੈ, ਦੁਮ ਵੀ ਇਸਕੀ ਗੋਲ ਕੀ ਹੈ, ਚੈੱਕ ਕਰ ਲੈ, ਔਰ ਜੇ ਇਸਕੇ ਪੰਜੇ, ਮਾਸ਼ਾਅੱਲਾ ਜੀ ਮਾਸ਼ਾਅੱਲਾ, ਸਟੈਂਡਿੰਗ ਚੈੱਕ ਕਰੇ ਦੋਸਤੋ, ਵੇਖੋ ਜੀ
ਬੜੇ ਤੇਜ਼ ਪਰਿੰਦੇ ਹੈਗੇ ਨਾ, ਬੜੀ ਮੁਸ਼ਕਿਲ ਨਾਲ ਸਟੈਂਡਿੰਗ ਲੈ ਰਹੇ ਇਹਨਾਂ ਦੇ। ਤੇ ਹਾਂਜੀ ਭਲਵਾਨ ਜੀ, ਹਮਜ਼ਾ ਭਾਈ ਇਹ ਪੇਅਰ 10,000 ਰੁਪਏ ਕਾ, ਲੇਕਿਨ ਦੋਸਤੋਂ ਕੋ ਪਿਆਰ ਮੁਹੱਬਤ ਕਰਕੇ ਲਗਾਨਾ ਭਲਵਾਨ ਜੀ, ਅਭੀ ਤੋਂ ਵੀਡੀਓ ਕਾ ਆਗਾਜ਼ ਹੈ। ਪਿਆਰ ਮੁਹੱਬਤ ਕਰਕੇ ਜਿਸਮੇ 1 ਰੁਪਏ ਕੀ ਕਮੀ ਪੇਸ਼ੀ ਨਹੀਂ ਹੋਗੀ, 7,000 ਰੁਪਏ ਕਾ ਦੇ ਦੇਗੇ। ਜੇ 7,000 ਰੁਪਏ ਕਾ ਮਿਲ ਜਾਏਗਾ ਦੋਸਤੋ ਭਾਈ, ਉਹ ਰੰਗ ਰੂਪ ਹਰ ਚੀਜ਼ ਪੂਰੀ ਮਾਸ਼ਾਅੱਲਾ ਚੈੱਕ ਕਰੇ ਤੇ ਆਲਾ ਤਰੀਨ ਕੁਆਲਿਟੀ ਦੇ ਵਿੱਚ ਹੈਗਾ ਤੇ ਕੁਆਲਿਟੀਆਂ ਪੂਰੀਆਂ ਨੇ ਦੋਸਤੋ ਭਾਈ, ਉਹ ਰੇਟ ਵੀ ਮੁਨਾਸਿਬ ਨੇ ਭਲਵਾਨ ਜੀ ਦੇ ਜੀ। ਹੁੰਦਾ ਭਾਈ ਇਨਸ਼ਾਅੱਲਾ ਤਾਲਾ। ਆ ਭਾਈਓ ਕੋ ਅਗਲਾ ਪੇਅਰ ਦਿਖਾਤੇ ਆ, ਦੇਖਾਂ ਦੋਸਤੋ ਇਹ ਦੂਸਰੇ ਨੰਬਰ ਕੇ ਉੱਪਰ ਆ ਦੋਸਤੋ ਭਾਈ, ਉਹ ਸ਼ੋਕ ਕਰੇ ਹਮਜ਼ਾ ਭਾਈ। ਇਹ ਗੋਲਡਨ ਪੇਅਰ ਹੈ ਸਿਲਵਰ ਟੋਪੀਆਂ ਵਾਲੇ, ਸਿਲਵਰ ਟੋਪੀਆਂ ਵਾਲਾ ਗੋਲਡਨ ਪੇਅਰ ਚੈੱਕ ਕਰੋ ਦੋਸਤੋ ਭਾਈ, ਉਹ ਮਾਸ਼ਾਅੱਲਾ ਤੇ ਪਰਫੋਰਮੈਂਸ ਵਾਲੇ ਪਰਿੰਦੇ ਦਿਖਾ ਰਹੇ ਹਾਂ ਭਾਈਆਂ ਨੂੰ, ਫੈਂਸੀ ਕੈਟਾਗਰੀ ਨਹੀਂ ਦਿਖਾ ਰਹੇ ਜੀ ਹਮਜ਼ਾ ਭਾਈ। ਇਹ ਨਾਰਾ ਦੋਸਤੋ ਮਾਸ਼ਾਅੱਲਾ, ਸਿਆਂਗ ਦੇਖੇ ਦੋਸਤੋ, ਆਂਖ ਮੈਂ ਜ਼ਰਾਤ ਦੇਖੇ, ਔਰੇਂਜ ਜ਼ਰੋਂ ਵਾਲੀ ਆਂਖ ਹੈ। ਰਿੰਗ ਚੈੱਕ ਕਰੇ, ਜ਼ਰਾਤ ਇਸਕੇ ਔਰੇਂਜ ਹੈ ਦੋਸਤੋ, ਔਰੇਂਜ ਜ਼ਰਾਤ ਮੈਂ ਕਮ ਗੋਲਡਨ ਕਬੂਤਰ ਮਿਲਦੇ ਆ। ਪਰ ਕਾ ਸ਼ੋਕ ਕਰੇ, ਬਗਲ ਦੇਖੇ ਇਸਕੇ, ਇਹ ਇਸਕੀ ਦੁੰਮ ਹੈ। ਅਤੇ ਭਲਵਾਨ ਜੀ ਬੜੀ ਦੇਰ ਬਾਅਦ ਤੁਹਾਡੇ ਕੋਲ ਆਇਆ ਅਤੇ ਮੁਹੱਬਤਾਂ ਵਾਲਾ ਸ਼ੌਕ ਜੀ ਹੁੰਦਾ ਭਾਈ। ਇਹ ਫੀਮੇਲ ਹੁੰਦਾ ਭਾਈ, ਫੀਮੇਲ ਕੀ ਵੀ ਆਂਖ ਦੇਖੇ, ਡਾਇਲ ਦੇਖੇ, ਮਾਸ਼ਾਅੱਲਾ ਰਿੰਗ ਦੇਖੇ, ਇਸਕੀ ਆਂਖ ਮੈਂ ਵੀ ਔਰੇਂਜ ਜ਼ਰੇ ਹਾਂ ਦੋਸਤੋ, ਔਰ ਔਰੇਂਜ ਜ਼ਰਾਤ ਵਾਲੇ ਕਬੂਤਰ ਮੈਂ ਖੁਦ ਬਹੁਤ ਪਸੰਦ ਕਰਤਾ ਹੂੰ, ਬਹੁਤ ਅੱਛੇ ਬੱਚੇ ਔਰ ਆਤੇ ਹੈ ਜੇ ਵਾਲੇ ਪਰਿੰਦੇ। ਪਰ ਕਾ ਸ਼ੌਕ ਕਰੇ ਨਾ ਭਾਈ, ਬਾਇਟਸ ਪੜਨੇ ਨੇ ਕਾਰਡ, ਹਾਂ ਉਹ ਕਰੀਜ਼ ਮੈਂ ਆਲਮੋਸਟ ਪਰਿੰਦੇ ਭਲਵਾਨ ਜੀ, ਕਰੀਜ਼ ਮੈਂ ਦੁਮ ਚੈੱਕ ਕਰੋ, ਸਿੰਗਲ ਪਤਾ ਤੇ ਹੈ ਤੇ ਪੰਜੇ ਨੇ ਦੋਸਤੋ, ਸਟੈਂਡਿੰਗ ਚੈੱਕ ਕਰੇ ਦੋਸਤੋ। ਤੇ ਹਾਂਜੀ ਭਲਵਾਨ ਜੀ ਕੀ ਮੁਹੱਬਤ ਹੈ ਹਮਜ਼ਾ ਭਾਈ, ਇਹ ਔਰੇਂਜ ਰੋ ਵਾਲਾ ਪੇਅਰ ਹੈ, ਇਸਕੀ ਕੀਮਤ ਤੋਂ 8,000 ਰੁਪਏ ਹੈ, ਲੇਕਿਨ ਇਹ ਦੋਸਤੋ ਭਾਈਓ ਕੋ 6,000 ਰੁਪਏ ਕਾ ਦੇ ਦੇਗੇ। 6,000 ਰੁਪਏ ਕਾ ਪੇਅਰ ਆ ਦੋਸਤੋ, ਸਿਲਵਰ ਟੋਪੀਆਂ ਵਾਲਾ ਗੋਲਡਨ। ਤੇ ਭਲਵਾਨ ਜੀ ਮੁਹੱਬਤ ਪਾ ਕੇ 5,000 ਹੀ ਪੂਰਾ ਕਰ ਲਓ ਹਮਜ਼ਾ ਭਾਈ, 5 ਤੋਂ ਨਹੀਂ, ਚਲੋ ਜੋ ਭਾਈ ਰਾਬਤਾ ਕਰੇਗਾ ਉਨਸੇ ਫਿਰ ਕਰ ਲੇਗੇ। ਸਹੀ ਹੋ ਗਿਆ ਰੇਟ, ਇਹਨਾਂ ਨੇ ਪਹਿਲੀ ਜਾਇਜ਼ ਬਤਾਇਆ ਦੋਸਤੋ, ਮਾਸ਼ਾਅੱਲਾ ਸੇ ਰਿੰਗਦਾਰ ਆਂਖੋਂ ਕਾ ਪੇਅਰ ਹੈ, ਚੀਜ਼ੇ ਵੋ ਜੋ ਭਾਈਓ ਕੋ ਪਸੰਦ ਹੈ, ਐਸੀ ਕੁਆਲਿਟੀ ਮੈਂ ਹੱਡੀ ਜ਼ੋਰ ਬਿਹਤਰੀਨ ਹਰ ਚੀਜ਼ ਮੈਂ ਨੰਬਰ 1 ਕੇ ਉੱਪਰ ਹਾਂ ਦੋਸਤੋ। ਅਬ ਭਾਈਓ ਕੋ ਅਗਲਾ ਪੇਅਰ ਦਿਖਾਤੇ ਆ, ਇਹ ਤੀਸਰਾ ਪੇਅਰ ਆ ਦੋਸਤੋ, ਮਾਸ਼ਾਅੱਲਾ ਸੇ ਸ਼ੌਕ ਕਰੇ ਹਮਜ਼ਾ ਭਾਈ, ਇਹ ਡੱਬ ਵਾਲਾ ਪੇਅਰ ਹੈ, ਠੀਕ ਹੈ, ਸਮਝ ਲੇਗੇ ਇੱਕ ਨਰ ਕੀ ਕੀਮਤ ਮੈਂ ਆਪਕੋ ਦਊਂਗਾ, ਯਾਨੀ ਕਿ ਇੱਕ ਪੀਸ ਕੀ ਕੀਮਤ ਮੈਂ ਜੋਰਾ ਦੇਂਗੇ। ਓਰੀਜਨਲ ਡੱਬ ਵਾਲਾ ਪੇਅਰ ਆ ਦੋਸਤੋ ਭਾਈਓ, ਗਹਿਰਾ ਜਾਲਦਾਰ, ਇਹ ਦੇਖੇ ਮਾਸ਼ਾਅੱਲਾ ਉੱਪਰ ਵੀ ਬਣੇ ਹੋਏ ਇਨਕੇ, ਔਰ ਅਭੀ ਕਰੀਜ਼ ਮੈਂ ਹਮਜ਼ਾ ਭਾਈ ਪਰਨੇ ਆ ਰਹੇ, ਮੂੰਹ ਦੇਖ ਸਕਦੇ ਆਪ ਇਨਕੇ ਹਮਜ਼ਾ ਭਾਈ, ਇਹ ਨਾਰ ਹੈ ਮਾਸ਼ਾਅੱਲਾ ਸੇ ਆਂਖ ਚੈੱਕ ਕਰੇ ਦੋਸਤੋ, ਰਿੰਗ ਦੇਖੇ, ਪਰ ਕਾ ਸ਼ੌਕ ਕਰੇ, 1, 2, 3 ਵਾਲੇ ਆ, ਵਾਈਬ੍ਰੇਸ਼ਨ ਦੇਖੇ, ਜੇ ਇਸਕੀ ਤੂੰ ਔਰ ਜੇ ਇਸਕੇ ਪੰਜੇ ਹਮਜ਼ਾ ਭਾਈ, ਇਹ ਫੀਮੇਲ ਹੈ ਇਸਕੀ, ਫੀਮੇਲ ਕੀ ਆਂਖ ਦੇਖੇ ਦੋਸਤੋ, ਕਿਆ ਬਾਤ ਹੈ ਜੀ, ਚੈੱਕ ਕਰੇ, ਕੁਆਲਿਟੀ ਮੇਰੀ ਨੰਬਰ 1 ਹੈ ਜੀ।
ਪਰ ਕਾ ਸ਼ੌਕ ਰਹੇ ਦੋਸਤੋ ਭਾਈ ਜੇ ਪਰਿੰਦ ਕਰੀਸ ਸੇ ਸਾਫ ਹੋ ਗਏ ਨਾ ਤੋ ਡਬਲ ਰੇਟੋਂ ਕੇ ਉਪਰ ਐਸਾ ਹੀ ਹੁੰਦਾ ਭਾਈ ਸਿਰਫ ਕਰੀਸ ਬਣ ਜਾਣੇ ਇਸ ਵਜ੍ਹਾ ਸੇ ਇਸ ਰੇਟੋ ਮੇ ਮਿਲ ਰਹੇ ਹੈ ਜਬ ਕਰੀਸ ਸੇ ਸਾਫ ਹੋਵੇ ਤੋ ਰੇਟ ਇਨਕਾ ਡਬਲ ਹੋ ਜਾਣੇ ਐਸੇ ਕੁਆਲਿਟੀ ਵਾਲੇ ਪਰਿੰਦੇ ਚੈੱਕ ਕਰੇ ਜੀ ਦੋਸਤੋ ਭਾਈਓ ਭਲਵਾਨ ਜੀ ਇਹ ਵੀ ਤੁਹਾਡੇ ਤਰ੍ਹਾਂ ਭਲਵਾਨੀ ਕਬੂਤਰ ਹੀ ਨੇ ਜੀ ਹੁੰਦਾ ਬਾਈ ਭਲਵਾਨੀ ਡੱਬ ਵਾਲਾ ਨਾਮ ਰੱਖੋ ਇਹਨਾਂ ਦਾ ਠੀਕ ਹੁੰਦਾ ਬਾਈ ਭੈਣ ਜੀ ਭਲਵਾਨ ਜੀ ਕੀ ਮੁਹੱਬਤ ਹੈ ਹੁੰਦਾ ਭਾਈ ਇਹ ਦੋਸਤੋ ਕੋ 5000 ਰੁਪਏ ਕਾ ਦੂੰਗਾ ਸਿਰਫ ਇਸ ਵਜ੍ਹਾ ਸੇ ਕਿ ਜੇ ਪਰਿੰਦੇ ਕਰੀਸ ਮੇ ਹੈ ਭਲਵਾਨ ਜੀ ਅਕੇਲਾ ਨਾਰੀ ਇਤਨੇ ਕਾ ਭਲਵਾਨ ਜੀ ਯਕੀਨ ਕਰੋ ਇਹ ਤੇ ਤੁਸੀਂ ਐਂਡ ਹੀ ਕਰ ਗਏ ਹੋ ਇੱਥੇ ਵਾਕਈ ਤੁਸੀਂ ਐਂਡ ਕਰ ਗਏ ਹੋ ਕਿ ਯਾਰ 5000 ਰੁਪਏ ਦੇ ਵਿੱਚ ਡੱਬ ਵਾਲਾ ਜੋਰਾ ਦੋਸਤੋ ਹੁੰਦਾ ਭਾਈ ਇਹ ਬਸ ਆਪਕੀ ਮੁਹੱਬਤ ਹੈ ਕੁਛ ਆਪਨੇ ਕਹਾ ਕਿ ਇਤਨੀ ਦੇਰ ਬਾਅਦ ਆਪ ਆਏ ਹੈ ਤੋ ਖਸੂਸੀ ਪਿਆਰ ਕਰਨਾ ਹੈ ਭਲਵਾਨ ਜੀ ਯਕੀਨ ਕਰੋ ਵਾਕਈ ਆ 5000 ਵਾਲੀ ਚੀਜ਼ ਹੈ ਨਹੀਂ ਲੇਕਿਨ ਤੁਸੀਂ ਲਗਾਤੀ ਹੈ ਤੂੰ ਨਾ ਵੇਖੋ ਕਿਹੜੇ ਭਾਈ ਦੇ ਨਸੀਬ ਚ ਹੁੰਦਾ ਕਿਉਂਕਿ ਕਾਫੀ ਖਵਾਇਸ਼ਮੰਦ ਹੈਗੇ ਨੇ ਭਲਵਾਨ ਜੀ ਇੱਕ ਗੱਲ ਹੋਰ ਹੈ ਸਾਡੇ ਚੈਨਲ ਤੇ ਰੇਟ ਇਸ ਤਰ੍ਹਾਂ ਦੇ ਲੱਗਦੇ ਨੇ ਠੀਕ ਹੈ ਜੀ ਨਹੀਂ ਤੇ ਡੱਬ ਵਾਲੇ ਕਬੂਤਰ ਹੋਰ ਵੀ ਚੈਨਲਾਂ ਤੇ ਲੱਗਦੇ ਨੇ 12000 ਦਾ 15000 ਦਾ 15-15-20-20 ਹਜ਼ਾਰ ਸੇ ਕਮ ਜੋਰੇ ਨਹੀਂ ਮਿਲਤੇ ਲੇਕਿਨ ਸਾਡੇ ਚੈਨਲ ਤੇ 5000 ਦਾ ਡੱਬ ਵਾਲਾ ਜੋਰਾ ਜੀ ਹੁੰਦਾ ਭਾਈ ਇਹ ਮੇਰੇ ਘਰ ਕੇ ਪਰਿੰਦੇ ਇਸ ਲਈ ਮੈਂ ਦੇ ਰਹਾ ਹਾਂ ਇਤਨੇ ਸਸਤੇ ਵਰਨਾ ਇਤਨੇ ਅਬ ਭਾਈਓ ਕੋ ਅਗਲਾ ਪੇਰ ਦਿਖਾਤੇ ਹੈ ਇਹ ਹੈ ਜੀ ਨੰਬਰ 4 ਕੇ ਉੱਪਰ ਸ਼ੌਕ ਕਰੇ ਦੋਸਤੋ ਹਮਦਾ ਭਾਈ ਇਹ ਮਿੱਸਾ ਪੇਅਰ ਹੈ ਚੈੱਕ ਕਰ ਲੈ ਕਿਆ ਬਾਤ ਹੈ ਜੀ ਭਲਵਾਨ ਜੀ ਇਹ ਨਾਰਾ ਦੋਸਤੋ ਸ਼ੌਕ ਕਰੇ ਮਾਸ਼ਾ ਅੱਲਾ ਫੁੱਲ ਰੇਸ਼ਮ ਔਰ ਮੁਲਾਇਮ ਕਬੂਤਰ ਹੈ ਇਸਕੀ ਆਂਖ ਦੇਖੇ ਪੱਕੀ ਆਂਖ ਹੈ ਜ਼ਰਾਤ ਵਾਲੀ ਰਿੰਗ ਚੈੱਕ ਕਰੇ ਦੋਸਤੋ ਕੱਚੀ ਆਂਖ ਕੇ ਪਰਿੰਦੇ ਨਹੀਂ ਦਿਖਾ ਰਹੇ ਪਰ ਕਾ ਸ਼ੌਕ ਕਰੇ ਮਾਸ਼ਾਅੱਲਾ ਕਿਆ ਤਲਵਾਰੀ ਬਾਰ ਹੈ ਔਰ ਕਰੀਜ਼ ਮੇ ਹੈ ਵਾਈਬ੍ਰੇਸ਼ਨ ਚੈੱਕ ਕਰ ਸਕਦੇ ਹਾਂ ਕਲਰ ਇਨਕੇ ਦੇਖ ਲੈ ਭਲਵਾਨ ਜੀ ਸਿਰਫ 10 ਦਿਨਾਂ ਦੀ ਗੇਮ ਹੈ ਉਸ ਤੋਂ ਬਾਅਦ ਪਰਿੰਦੇ ਫੁੱਲ ਸਮਝ ਲਓ ਕਿ ਕਰੀਜ਼ ਸਾਫ ਐਸਾ ਹੀ ਹੁੰਦਾ ਬਾਈ ਹੱਥ ਮੈਂ ਬਹੁਤ ਜ਼ਿਆਦਾ ਨਿਕਲਣੇ ਕੀ ਕਾਰ ਹੈ ਇਹ ਹੁੰਦਾ ਬਾਈ ਫੀਮੇਲ ਹੈ ਇਸਕੀ ਮਾਸ਼ਾਅੱਲਾ ਸੇ ਨੂਰ ਚੈੱਕ ਕਰੇ ਦੋਸਤੋ ਇਸਕਾ ਇਸਕੀ ਆਂਖ ਦੇਖੇ ਕਿਆ ਪਰਫੋਰਮਰ ਜੋਰਾ ਦਿਖਾ ਦਿਆ ਭਲਵਾਨ ਜੀ ਨੇ ਤੇ ਦੋਸਤੋ ਭਾਈ ਉਹ ਵੇਖੋ ਚੀਜ਼ਾਂ ਦਿਖਾ ਰਹੇ ਹਾਂ ਵੇਖੋ ਸਾਨੂੰ ਪਸੰਦ ਹੈ ਠੀਕ ਹੈ ਅਸੀਂ ਉਸ ਚੀਜ਼ ਦੀ ਤਾਰੀਫ ਕਰੀਦੀ ਹੈ ਜਿਹੜੀ ਪਸੰਦ ਹੋਵੇ ਭਾਈ ਵਾਈਬ੍ਰੇਸ਼ਨ ਚੈੱਕ ਕਰੇ ਬਗਲ ਚੈੱਕ ਕਰੋ ਇਹਦੀ ਦੁਮ ਚੈੱਕ ਕਰੋ ਮਾਸ਼ਾਅੱਲਾ ਪੰਜੇ ਚੈੱਕ ਕਰੋ ਇਹਦੇ ਭਲਵਾਨ ਜੀ ਕੀ ਕੀਤਾ ਜੇ ਮਾਦੇ ਨੂੰ ਕੀ ਕੰਬੀ ਜਾ ਰਹੀ ਹੈ ਭਾਈ ਇਹ ਬਹੁਤ ਵਾਈਬ੍ਰੇਸ਼ਨ ਕਰਤੀ ਹੈ ਵਾਈਬ੍ਰੇਸ਼ਨ ਚੈੱਕ ਕਰ ਲਓ ਦੋਸਤੋ ਭਾਈਓ ਬਲੱਡ ਹੈ ਅਸਲ 'ਚ ਬਲੱਡ ਦੀ ਪਹਿਚਾਣ ਹੀ ਹੈ ਇਸ ਚੀਜ਼ ਤੋਂ ਹੁੰਦੀ ਹੈ ਸਟਰਕਚਰ ਤੋਂ ਤੇ ਉਹਨਾਂ ਦੀ ਵਾਈਬ੍ਰੇਸ਼ਨ ਤੋਂ ਤਾਂ ਪਾਵਰ ਦਾ ਪਤਾ ਚੱਲਦਾ ਕਿ ਪਰਿੰਦੇ ਦੇ ਵਿੱਚ ਕਿੰਨੀ ਕੁ ਪਾਵਰ ਹੈ ਅਤੇ ਅੱਗੋਂ ਬੱਚੇ ਕਿਸ ਲੈਵਲ ਦੇ ਹੋਣਗੇ ਤਾਂ ਭਲਵਾਨ ਜੀ ਇਹਦਾ ਵੀ ਕੀ ਮੁਫਤਾਂ ਦਾ ਰੇਟ ਹੈ ਹੁੰਦਾ ਭਾਈ ਇਹ ਵੀ 5000 ਰੁਪਏ ਦਾ ਫਾਈਨਲ ਜਿਸ ਵਿੱਚ ਕਮੀ ਪੇਸ਼ੀ ਅਗਰ ਪਏਗੀ ਨਹੀਂ ਹੋਊਗੀ ਚੈੱਕ ਕਰੇ ਦੋਸਤੋ ਭਾਈਓ ਮਾਸ਼ਾਅੱਲਾ ਭਲਵਾਨ ਜੀ ਸਿਰਫ 5-5 ਹਜ਼ਾਰ ਰੁਪਏ ਦੇ ਵਿੱਚ ਜੋਰੇ ਲਾ ਰਹੇ ਨੇ ਇਸ ਕੁਆਲਿਟੀ ਦੇ ਬੱਚੇ ਦੋਸਤੋ ਭਾਈਓ ਇੰਨੇ ਇੰਨੇ ਚ ਮਿਲਦੇ ਨੇ ਲੇਕਿਨ ਕੀ ਆ ਕਿ ਭਲਵਾਨ ਜੀ ਦੇ ਜੋਰੇ ਵੀ ਦੋਸਤੋ ਭਾਈਓ ਭਲਵਾਨੀ ਨੇ ਮੁਫਤਾਂ ਵਾਲੇ ਰੇਟਾਂ ਤੇ ਲਾ ਰਹੇ ਆ ਕਿ ਜਿਹੜਾ ਬੰਦਾ ਵੇਖੇਗਾ ਉਹ ਕਹੇਗਾ ਕਿ ਯਾਰ ਫੋਰਨ ਤੋਂ ਪਹਿਲੇ ਨੱਪਣ ਦੀ ਕਰੋ ਲੈਣ ਦੀ ਕਰੋ ਤੇ ਸਾਡਾ ਮਕਸਦ ਇਹੀ ਹੁੰਦਾ ਕਿ ਚੀਜ਼ ਦੇਣ ਵਾਲਾ ਮਕਸਦ ਹੁੰਦਾ ਰੋਕਣ ਵਾਲਾ ਮਕਸਦ ਨਹੀਂ ਹੁੰਦਾ ਰੇਟ ਇੰਨੇ ਕਿ ਜਾਇਜ਼ ਤੇ ਮੁਨਾਸਬ ਅਸੀਂ ਲਵਾ ਦਿੰਦੇ ਹਾਂ ਨਾ ਕਿ ਯਾਰ ਜਿਹੜੇ ਭਾਈ ਸਾਨੂੰ ਮੁਹੱਬਤ ਦੇ ਰਹੇ ਨੇ ਉਹਨਾਂ ਭਾਈਆਂ ਦੀ ਖਾਤਰ ਅਸੀਂ ਦੋਸਤੋ ਭਾਈਓ ਇਹਨਾਂ ਦੇ ਨਾਲ ਮਿਹਨਤ ਕਰਨੇ ਆ ਸਟਰਗਲ ਕਰਨੇ ਆ ਇਹ ਵੀ ਹੁੰਦਾ ਭਾਈ ਆਪਕੇ ਮੁਹੱਬਤ ਹੈ ਇਸ ਲਈ ਇਸ ਰੇਟ ਉੱਪਰ ਦੇ ਰਹੇ ਵਰਨਾ ਇਸ ਰੇਟ ਮੇਂ ਤਾਂ ਬੱਚੇ ਨਹੀਂ ਮਿਲਦੇ
ਤੇ ਭਲਵਾਨ ਜੀ ਕੀ ਬੁਖਾਰ ਹੋਇਆ ਇਸ ਤੋਂ ਬਾਅਦ? ਆਂਦਾ ਭਾਈ ਇਸਕੇ ਬਾਅਦ ਇੱਕ ਲਾਟ ਹੈ, ਉਹ ਆਪਕੋ ਦਿਖਾਏਂਗੇ। ਸਹੀ ਹੋ ਗਿਆ। ਤੇ ਭਲਵਾਨ ਜੀ ਤੁਹਾਡੇ ਘਰ ਬੱਚੇ ਬੇਸ਼ੁਮਾਰ ਪਲੇ ਹੋਏ ਨਾ, ਬੱਚਿਆਂ ਦਾ ਵੀ ਸ਼ੌਕ ਕਰਾਣਾ ਜੀ? ਆਂਦਾ ਭਾਈ ਬੱਚੇ ਹੈ ਕੋਈ ਮੇਰੇ ਪਾਸ 18 ਵੀ, ਉਨਕਾ ਵੀ ਸ਼ੌਕ ਕਰਵਾਤੇ। ਓਕੇ ਹੋ ਗਿਆ ਜੀ। ਜੀ ਤੋ ਦੋਸਤੋ ਭਾਈ ਉਹ ਸ਼ੌਕ ਕਰੇ ਮਾਸ਼ਾਅੱਲਾ, ਇਹ ਬਰੀਡਰ ਲਾਟ ਲਗਾ ਦੀ ਹੈ ਭਲਵਾਨ ਜੀ ਨੇ, ਜਿਨ੍ਹਾਂ ਦੇ ਵਿੱਚ ਮਾਸ਼ਾਅੱਲਾ ਸਿਆਲਕੋਟੀ ਕਬੂਤਰ ਜ਼ਿਆਦਾ ਨੇ, ਚੂਹੇ ਕਬੂਤਰ ਹੈਗੇ ਨੇ ਮੋਤੀਆਂ ਵਾਲੇ, ਫਰਾਂਸੇ ਕਬੂਤਰ ਨੇ, ਠੀਕ ਹੈ ਜੀ। ਆ ਬਟੇਰਾ ਕਬੂਤਰ ਜੀ, ਇਹ ਵੇਖੋ ਦੋਸਤੋ ਭਾਈ ਉਹ ਛੱਤ ਵਾਲੇ ਕਬੂਤਰ, ਲਾਖੇ ਕਬੂਤਰ, ਟੈਡੀ ਕਬੂਤਰ, ਇਹ ਨੀਲੀ ਮਾਦੀ ਹੈ, ਠੀਕ ਹੈ ਜੀ, ਇਹ ਵੀ ਮਾਦੀ ਹੈ, ਇਹ ਵੀ ਪਤਾ ਨਹੀਂ ਨਾਰਾ ਕਿ ਮਾਦੀ ਹੈ, ਇਹ ਚੈੱਕ ਕਰ ਸਕਦੇ ਹੋ ਭਲਵਾਨ ਜੀ। ਫੜ ਕੇ ਸ਼ੌਕ ਤੇ ਕਰੋ, ਇਹ ਜਿਹੜਾ ਛੱਤ ਵਾਲੇ ਕਬੂਤਰ ਵਿੱਚ ਛੱਡਿਆ ਜੀ, ਇਹ ਵੇਖੋ ਦੋਸਤੋ ਭਾਈ ਉਹ ਛੱਤ ਵਾਲਾ ਕਬੂਤਰ ਹੈ, ਤੇ ਬੜਾ ਹੀ ਹਸੀਨ ਕਬੂਤਰ ਹੈ ਭਾਈ, ਖਾਲੀ ਹਸੀਨ ਨਹੀਂ ਹੈ ਰਿਜ਼ਲਟ ਵਾਲਾ, ਇਹ ਸਿਰਫ ਮੇਰੇ ਪਾਸ ਮਾਦੀਆਂ ਨਹੀਂ ਥੀ ਔਰ ਕਿਸੀ ਮਾਦੀ ਕੇ ਸਾਥ ਨਰ ਨਹੀਂ ਥਾ, ਜਿਸ ਕੀ ਵਜ੍ਹਾ ਮੈਂ ਲਾਟ ਮੇ ਦੇ ਰਹਾ ਹੂੰ। ਵੇਖੋ ਦੋਸਤੋ ਭਾਈ ਉਹ ਵਾਈਟ ਪਰ ਵਾਈਟ ਟੇਲ, ਚੈੱਕ ਕਰੋ ਭਲਵਾਨ ਜੀ, ਆ ਬਟੇਰਾ ਵੀ ਫੜ ਲਓ, ਇਹ ਬਟੇਰਾ ਕਬੂਤਰ ਜੇ ਦੋਸਤੋ, ਚੈੱਕ ਕਰੋ ਮਾਸ਼ਾਅੱਲਾ, ਸਾਫ ਅੱਖ ਦਾ ਬਟੇਰਾ ਕਬੂਤਰ ਭਲਵਾਨ ਜੀ। ਨੈੱਟ ਤੇ ਬੜੇ ਬੜੇ ਰੇਟ ਲੱਗ ਰਹੇ ਨੇ ਇਹਨਾਂ ਪਰਿੰਦਿਆਂ ਦੇ, ਲੇਕਿਨ ਤੁਹਾਨੂੰ ਦੱਸਣ ਦਾ ਇਹ ਮਕਸਦ ਨਹੀਂ ਕਿ ਤੁਸੀਂ ਹੁਣ ਸਾਡੀ ਗੱਲ ਤੇ ਜਾਂ ਉਹਨਾਂ ਦੀ ਗੱਲ ਸੁਣ ਕੇ ਰੇਟ ਤੁਸੀਂ ਵੀ ਵੱਧ ਲਾ ਦਿਓ, ਤੁਸੀਂ ਮਫਤਾਂ ਪਾ ਕੇ ਲਾਣੇ ਨੇ ਜੀ। ਚੈੱਕ ਕਰੋ ਦੋਸਤੋ ਭਾਈ ਉਹ ਵਿੱਚੇ ਹੀ ਨਰ ਨੇ, ਵਿੱਚੇ ਹੀ ਮਾਦੀਆਂ, ਇਹ ਹੁੰਦਾ ਭਾਈ ਫੀਮੇਲ ਆ, ਤੇ ਤਦਾਦ ਵੀ ਬੜੀ ਮਕੂਲ ਜੀ ਲਾਈ ਹੈ। ਆ ਫਰਾਂਸਾ ਕਬੂਤਰ ਵਿਖਾਣਾ ਭਲਵਾਨ ਜੀ, ਇਹ ਚੈੱਕ ਕਰੋ ਦੋਸਤੋ ਭਾਈ ਉਹ ਸਿਆਲਕੋਟੀ ਕਬੂਤਰ, ਲਾਟ ਵੀ ਭਲਵਾਨ ਜੀ ਤੁਸੀਂ ਉਹ ਲਾਤੀ ਹੈ ਕਿ ਜਿਹੜੇ ਭਾਈ ਨੇ ਪਹਿਲੇ ਵੇਖ ਲਈ, ਇਸ ਤਰ੍ਹਾਂ ਕੇ ਪਰਿੰਦੇ ਭਾਈ ਲੋਕ ਜੋਰੋਂ ਮੇ ਲਗਾਤੇ ਹੈ। ਤੇ ਭਲਵਾਨ ਜੀ ਤੁਹਾਡੇ ਕੋਲ ਵੀ ਤਾਂ ਜੋਰੇ ਹੀ ਹੈਗੇ ਸੀ ਨਾ, ਲੇਕਿਨ ਕਿਸੇ ਦੀ ਮਾਦੀ ਨਹੀਂ ਸੀ ਹੈ, ਕਿਸੇ ਦਾ ਨਰ ਨਹੀਂ ਸੀ ਹੈ, ਤੁਸੀਂ ਵੀ ਤਾਂ ਹੀ ਲਾਟ ਚ ਲਾਏ ਨੇ, ਕੀ ਖਿਆਲ ਹੈ ਜੀ ਹੁੰਦਾ ਭਾਈ? ਸਾਰੀ ਲਾਟ ਹੀ ਜੋਰੋਂ ਵਾਲੀ ਆ ਦੋਸਤੋ ਮਾਸ਼ਾਅੱਲਾ, ਸਿਰ ਟੈਡੀ ਦੇਖ ਲੈ, ਤੇ ਜਦ ਰੇਟ ਹੀ ਭਲਵਾਨ ਜੀ ਨੇ ਦੱਸਣਾ ਨਾ ਤੇ ਉੱਥੇ ਐਂਡ ਹੋਣਾ, ਉੱਥੇ ਮੈਂ ਕਹਿੰਦਾ ਤੁਸੀਂ ਕਹਿਣਾ ਕਿ ਕਮਾਲ ਹੋ ਗਿਆ। ਤੇ ਫਿਰ ਭਲਵਾਨ ਜੀ ਇੰਤਜ਼ਾਰ ਦੀ ਘਰੀਆਂ ਅੱਗੇ ਤੇ ਨਹੀਂ ਲੈ ਕੇ ਜਾਂਦੇ, ਲੇਕਿਨ ਰੇਟ ਹੁਣ ਤੁਸੀਂ ਦੱਸ ਦਿਓ। ਚੈੱਕ ਕਰੋ ਸਟੈਂਡਿੰਗਾਂ ਵੇਖੋ, ਕਸਦਾਰ ਕਬੂਤਰ ਹੈਗਾ ਨਾ ਵਿੱਚ ਭਾਈ, ਇਹ 2000 ਰੁਪਏ ਪਰ ਮਿਲ ਜਾਏਗਾ ਭਾਈ। ਭਲਵਾਨ ਜੀ 2000 ਰੁਪਏ ਪਰ, ਮਾਸ਼ਾਅੱਲਾ ਕੀ ਕਬੂਤਰ ਲਾਤੇ ਜੇ, ਸਿਰਫ 2000 ਰੁਪਏ ਪਰ ਜੀ ਭਲਵਾਨ ਜੀ। ਮੈਂ ਕਹਿੰਦਾ ਕਿ ਕੋਈ ਇਸ ਤਰ੍ਹਾਂ ਦਾ ਰੇਟ ਲਓ ਕਿ ਦੋਸਤ ਕਹਿਣਗੇ ਚਲੋ ਭਲਵਾਨ ਜੀ ਨੇ ਰਿਕਾਰਡ ਕਾਇਮ ਕੀਤਾ ਤੇ ਹੈਪੀ ਸੰਡੇ ਆ, ਤੇ ਜਜ਼ਬਾਤੀ ਹੋ ਕੇ ਨੀ ਮਫਤਾਂ ਵਾਲਾ ਰੇਟ ਲਾਣਾ ਕਿ ਯਾਰ ਮੈਂ ਕਵਾਂਗੇ ਵਾਕਈ ਚਲੋ ਭਲਵਾਨ ਜੀ ਨੇ ਕਮਾਲ ਕਰਤਾ, 2000 ਚ ਨਹੀਂ ਲਾਣੇ ਮੈਂ, ਸਿੱਧੀ ਸਾਫ ਗੱਲ ਹੈ, ਤੁਹਾਡੇ ਪਰਿੰਦੇ 2000 ਰੁਪਏ ਦੇ ਵਿੱਚ ਵੀ ਸਸਤੇ ਨੇ ਭਾਈ, ਫਿਰ ਆਪ ਹੀ ਵੇਖ ਲਓ ਜਿੰਨੇ ਦੇ ਲਾਣੇ ਆ ਪਰਿੰਦੇ ਤੁਹਾਡੇ 2000 ਵਾਲੇ ਹੈ ਨੇ, ਕਿਉਂਕਿ ਵਿੱਚ ਸਿਆਲਕੋਟੀ ਕਬੂਤਰਾਂ ਦੀ ਤਦਾਦ ਹੈ ਜੀ ਭਾਈ, ਲੇਕਿਨ ਥੋੜੀ ਜਿਹੀ ਮੁਹੱਬਤ ਪਾ ਲਓ ਜ਼ਿਆਦਾ ਨਹੀਂ ਹਮਜ਼ਾ ਭਾਈ। ਫਿਰ ਤੁਸੀਂ ਕਹਿਤਾ ਯਾਰ ਕਿ ਹੈਪੀ ਸੰਡੇ ਦੇ ਫੁੱਲ ਪਿਆਰ ਵਾਲਾ ਰੇਟ ਕਰੋ, ਐਸੀ ਤੁਹਾਡੀ ਬਹਿਸ ਦੀ ਵਜ੍ਹਾ ਤੋਂ 1000 ਰੁਪਏ ਪਰ ਮਿਲ ਜਾਂਦੇ, 1000 ਰੁਪਏ ਪਰ ਜੀ ਹਮਜ਼ਾ ਭਾਈ, ਇਹ ਤੁਹਾਡੀ ਹੁਨਰ ਹੈ ਦੋਸਤੋ ਭਾਈ, ਉਹ ਚੈੱਕ ਕਰੋ 1000 ਰੁਪਏ ਪਰ, ਇਹ ਦੁਕਾਨਦਾਰ ਭਾਈ ਜਿਹੜੇ ਵੇਚਦੇ ਨੇ ਉਹਨਾਂ ਨੇ ਨਹੀਂ ਛੱਡਨੇ ਭਲਵਾਨ ਜੀ ਜੀ ਹਮਜ਼ਾ ਭਾਈ, ਜਿਹੜੇ ਆਊਟ ਸਾਈਜ਼ ਦੇ ਦੁਕਾਨਦਾਰ ਹੈਗੇ ਨੇ ਦੋਸਤੋ, ਵੇਖੋ ਕਾਰਗੋ ਪੂਰੇ ਪਾਕਿਸਤਾਨ 'ਚ ਹੁੰਦੀ ਹੈ ਦੋਸਤ ਭਾਈ, ਸਾਡੇ ਕੋਈ ਮੰਗਾ ਕੇ ਅੱਗੇ ਸੇਲ ਕਰਦੇ ਨੇ। ਟੋਟਲ ਕਿੰਨੇ ਪੀਸ ਨੇ ਆਂਦਾ ਭਾਈ? 11 ਪੀਸ, 11000 ਰੁਪਏ ਦੇ 11 ਪੀਸ ਜੀ, 1000 ਰੁਪਏ ਪਰ ਦੋਸਤੋ ਭਾਈ, ਉਹ ਜੋਰੋਂ ਵਾਲੇ ਕਬੂਤਰ। ਤੇ ਭਲਵਾਨ ਜੀ ਇੱਕ ਕੰਮ ਕਰੋ, ਜਾਂ ਤੇ ਕਾਰਗੋ ਲਾ ਦਿਓ ਤੇ ਜਾਂ ਫਿਰ ਇੱਕ ਕਬੂਤਰ ਗਿਫਟ ਕਰ ਦਿਓ, ਕਿਉਂਕਿ ਮੈਂ ਚਾਹੁੰਦਾ 10000 ਰੁਪਏ ਦੇ ਵਿੱਚ ਕੰਮ ਹੋਣਾ ਚਾਹੀਦਾ। ਵੇਖੋ ਜੀ ਭਾਈ, ਆਪ
ਅੱਗੇ ਤੁਸੀਂ ਬੜੀ ਮੁਹੱਬਤ ਕੀਤੀ ਆ, ਲੇਕਿਨ ਥੋੜੀ ਜਿਹੀ ਹੋਰ ਕਰ ਲਓ। ਮੈਂ ਕਹਿੰਦਾ ਜਾਂ ਕਾਰਗੋ ਦੇ ਦਿਓ ਤੇ ਜਾਂ ਫਿਰ ਕਬੂਤਰ ਗਿਫਟ ਕਰ ਦਿਓ। ਭਲਵਾਨ ਜੀ ਇਸ ਤੋਂ ਘੱਟ ਕਿਸੇ ਨੇ ਕਰਾਣੇ ਨਹੀਂ ਆ, ਦੋ ਜੋੜੇ ਹੀ ਇੰਨੇ ਦੇਣੇ 10,000 ਰੁਪਏ ਦੇ, ਬਲਕਿ ਇੱਕੋ ਹੀ ਜੋੜਾ ਮੇਰੇ ਹਿਸਾਬ ਨਾਲ ਤੇ। ਸਿਆਲਕੋਟੀ ਕਬੂਤਰ ਬੜੇ ਕਮਾਲ ਦੇ ਲੈਣੇ, ਟੈਡੀ ਕੱਲੇ ਹੀ ਇੰਨੇ ਦੇ, ਚੈੱਕ ਕਰ ਲਓ। ਤੇ ਇਸ ਤੋਂ ਬਾਅਦ ਭਲਵਾਨ ਜੀ ਹੁਣ ਕੀ ਦਿਖਾ ਰਹੇ ਹੋ, ਬੱਚੇ ਵਿਖਾ ਦਿਓ ਉਹਨਾਂ ਦਾ ਸ਼ੋਅ ਕਰਾ ਦੇਣੇ। ਗਰੰਟੀ ਵਾਲੇ ਬੱਚੇ, ਜਿਹੜਾ ਬੱਚਾ ਨਾ ਉੱਡੇ ਦਾ ਉਸ ਬੱਚੇ ਦੇ ਹਿੱਸੇ ਦਾ ਬੱਚਾ ਦਾਂ। ਓਕੇ ਹੋ ਗਿਆ ਜੀ, ਐਡੀ ਵੱਡੀ ਗਰੰਟੀ ਤੇ ਸ਼ੋਅ ਕਰਾਨੇ ਆ ਬੱਚਿਆਂ ਦਾ ਜੀ। ਦੋਸਤੋ ਬੱਚੋਂ ਕਾ ਸ਼ੋਅ ਕਰੇ, ਮਾਸ਼ਾਅੱਲਾ ਕਿਆ ਬਾਤ ਹੈ ਜੀ। ਭਲਵਾਨ ਜੀ ਬੱਚੇ ਵੀ ਫਿਰ ਅੰਤ ਲੈਵਲ ਦੇ, ਮੁਖਤਲਿਫ ਨਸਲਾਂ ਦੇ, ਚੈੱਕ ਕਰੋ ਦੋਸਤੋ ਜੀ। ਹਮਜ਼ਾ ਭਾਈ ਇਸਮੇ ਟੈਡੀ ਬੱਚੇ ਹੈ, ਰਾਮਪੁਰੀ ਹੈ, ਔਰ ਇੱਕ ਬੱਚਾ ਚੀਨਾ ਹੈ, ਸਿੱਬੇ ਵਾਲਾ ਸਿਆਲਕੋਟੀ ਬੱਚਾ ਵੀ ਨਜ਼ਰ ਆ ਰਿਹਾ, ਸਿਆਲਕੋਟੀ ਵੀ ਹੈ, ਔਰ ਦੋ ਚਾਰ ਬੱਚੇ ਮੀਆਂ ਸਾਹਿਬ ਵਾਲੇ ਹੈ ਲਾਲ। ਸਹੀ ਹੋ ਗਿਆ। ਹਮਜ਼ਾ ਭਾਈ ਇਹਨਾਂ ਬੱਚੋਂ ਕੀ ਗਰੰਟੀ ਹੋ ਗਈ ਉੱਡਨੇ ਕੀ? ਇਨਸ਼ਾਅੱਲਾ ਤਾਲਾ ਸਾਰੇ ਬੱਚੇ ਰਿਜ਼ਲਟ ਦੇਣਗੇ, ਜੋ ਬੱਚਾ ਰਿਜ਼ਲਟ ਨਹੀਂ ਦੇਗਾ ਉਸ ਬੱਚੇ ਕੇ ਬਦਲੇ ਬੱਚਾ ਦੇਣਗੇ ਭਾਈ ਕੋ। ਸਹੀ ਹੋ ਗਿਆ, ਜੋ ਬੱਚਾ ਰਿਜ਼ਲਟ ਨਹੀਂ ਦੇਤਾ ਉਸ ਬੱਚੇ ਕੇ ਬਦਲੇ ਬੱਚਾ ਮਿਲੇਗਾ। ਦੋਸਤੋ ਭਾਈਓ ਬੱਚੋਂ ਕੇ ਸਾਈਜ਼ ਦੇਖੇ, ਔਰ ਮਾਸ਼ਾਅੱਲਾ ਸੇ ਹੈ ਵੀ ਭਲਵਾਨ ਸਾਹਿਬ ਕੇ ਜ਼ੋਰੋਂ ਕੇ ਆਪਣੇ ਬੱਚੇ ਆ, ਚੈੱਕ ਕਰ ਲੈ, ਸ਼ਾਨਦਾਰ ਬੱਚੇ ਆ, ਚੈੱਕ ਕਰੇ ਦੋਸਤੋ ਭਾਈਓ। ਤੇ ਭਲਵਾਨ ਜੀ ਸਭ ਤੋਂ ਪਹਿਲੇ ਇਹਨਾਂ ਦਾ ਰੇਟ ਦੱਸ ਦਿਓ, ਉਸ ਤੋਂ ਬਾਅਦ ਵੀਡੀਓ ਦਾ ਆਗਾਜ਼ ਕਰਨੇ ਆ। ਹਮਜ਼ਾ ਭਾਈ ਰੇਟ ਇਨਕਾ 1500 ਰੁਪਏ ਪਾ ਰਹਾ ਹੈ। 1500 ਚ ਜੀ ਹਮਜ਼ਾ ਭਾਈ, ਤੇ ਥੋੜੀ ਜਿਹੀ ਮੁਹੱਬਤ ਕਰ ਲਓ। ਹਮਜ਼ਾ ਭਾਈ ਆਪਕੇ ਸਾਹਮਣੇ ਹੈ, ਨਹੀਂ ਮੁਹੱਬਤ ਕਰੋ। ਬੱਚੇ ਟੋਟਲ ਕਿੰਨੇ ਹੈਗੇ ਨਾ? 18 ਕਿਸ ਤਰ੍ਹਾਂ? 18 ਬੱਚੇ ਆ ਟੋਟਲ, 18 ਬੱਚੇ ਆ। ਤੇ ਦੋਸਤੋ ਭਾਈ ਉਹ ਸਾਰੇ ਫਿਟ ਐਂਡ ਫਾਈਨ ਬੱਚੇ ਨੇ, ਰਾਮਪੁਰੀ ਬੱਚੇ ਨੇ, ਟੈਡੀ ਬੱਚੇ ਨੇ, ਗੋਲਡਨ ਬੱਚੇ ਨੇ, ਚੀਨਾ ਬੱਚਾ, ਸਿਆਲਕੋਟੀ ਬੱਚਾ, ਠੀਕ ਆ ਜੀ। ਤੇ ਇੱਕ ਹੈਗਾ ਜੀ ਬੜਾ ਕਮਾਲ ਦਾ ਸਲੇਟਾ ਬੱਚਾ, ਥੋੜੀ ਜੀ ਭੁਆਨ ਜੀ ਲਚਕ ਦਿਖਾ ਦਿਓ। ਹਮਜ਼ਾ ਭਾਈ ਯਾਰ ਇਹ 1200 ਰੁਪਏ ਹਿਸਾਬ ਦੇ ਦੇਂਗੇ। ਓਕੇ ਹੋ ਗਿਆ ਜੀ, ਬਿਲਕੁਲ ਫਾਈਨਲ ਹੋਣਗੇ ਬੜੀਏ ਪੈਸੇ। ਭਲਵਾਨ ਜੀ ਤੁਹਾਡਾ ਇੰਨਾ ਹੀ ਸ਼ੁਕਰੀਆ ਕਿ ਤੁਸੀਂ ਸਾਡੀ ਗੱਲ ਦੀ ਓਨਰ ਰੱਖੀ ਹੈ, ਤੇ ਕਾਫੀ ਅਰਸੇ ਬਾਅਦ ਹੀ ਭਾਈ ਤੁਹਾਡਾ ਵੇਟ ਕਰ ਰਹੇ ਸੀ, ਕਾਫੀ ਅਰਸਿਆਂ ਦੇ ਬਾਅਦ ਹੀ ਤੁਹਾਡੇ ਕੋਲ ਆਏ ਹਾਂ ਜੀ। ਹਮਜ਼ਾ ਭਾਈ ਕੁਛ ਘਰ ਮੇਂ ਮਸਰੂਫੀਅਤ ਹੈ ਜਿਸ ਕੀ ਵਜ੍ਹਾ ਸੇ। ਔਰ ਦੋਸਤੋ ਭਾਈਓ ਯੇ ਨਾ ਕੰਸਟਰਕਸ਼ਨ ਕਾ ਕਾਮ ਹੋ ਰਹਾ ਥਾ, ਠੀਕ ਆ, ਘਰ ਆਪਣਾ ਬਣਾ ਵੀ ਰਹੇ ਥੇ ਉੱਪਰ ਸੇ, ਇਸ ਲਈ ਥੋੜਾ ਸਾ ਗੈਪ ਡਲਾ, ਨਹੀਂ ਤਾਂ ਭਲਵਾਨ ਜੀ ਦੇ ਕੋਲ ਮਾਸ਼ਾਅੱਲਾ ਬੜੇ ਕਮਾਲ ਦੇ ਕਬੂਤਰ ਹੁੰਦੇ ਨੇ। 1200 ਰੁਪਏ ਪਰ ਬਹੁਤ ਹੀ ਪਿਆਰ ਵਾਲੇ ਰੇਟਾਂ 'ਚ ਮਿਲ ਜਾਣਗੇ। ਤੇ ਬੱਚਾ ਜਰਾ ਵੀ ਦਿਖਾਵਾਂਗੇ, ਇੱਕ ਤੋਂ ਵੱਧ ਇੱਕ ਹੋਏਗਾ, ਲੇਕਿਨ ਕੁਝ ਚੰਦ ਬੱਚੇ ਤੁਹਾਨੂੰ ਦਿਖਾ ਦਿੰਦੇ ਆ। 1,00,000 ਬੱਚਾ ਜੇ ਦੋਸਤੋ ਭਾਈਓ, 1,00,000 ਕਮਗਰ ਮਾਸ਼ਾਅੱਲਾ। ਇਹ ਵੇਖੋ ਜੀ ਭਲਵਾਨ ਜੀ ਜਿਹਦੇ ਕੋਲ ਵੀ ਜਾਣਗੇ ਰਿਜ਼ਲਟ ਅਖੀਰ ਦੇਣਗੇ, ਕਿਉਂ ਕਿ ਇਹਨਾਂ ਦੇ ਬਾਡੀ ਸਟਰਕਚਰ ਹਰ ਚੀਜ਼ 'ਚ ਬੈਲੈਂਸ ਹੈਗਾ। ਭਲਵਾਨ ਜੀ ਜਰਾ ਮਰਜ਼ੀ ਵਿਖਾ ਦਿਓ, ਵੇਖੋ ਜੀ ਜੋ ਲੱਗਦਾ ਬੱਚੇ ਸਾਰੀ ਇੱਕ ਤੋਂ ਬਾਅਦ ਦੇਖ ਕੇ ਹੈਗਾ ਨਾ ਹੁਣ, ਅਸੀਂ ਤੁਹਾਨੂੰ ਕਹਿ ਰੱਖੀ ਹੈ, ਲੇਕਿਨ ਭਾਈਆਂ ਦੇ ਸ਼ੌਕ ਵਾਸਤੇ ਮੈਂ ਕਿਹਾ ਚਲੋ ਦਿਖਾ ਦਿੰਦੇ ਹਾਂ ਫਰਕ। ਤੇ ਦੋਸਤੋ ਭਾਈਓ ਇਹ ਟਿਕਟੋਕ ਤੇ ਵੀ ਵੀਡੀਓ ਲਗਾਵਾਂਗੇ, ਜਰਾ ਭਾਈ ਜਲਦੀ ਰਾਬਤਾ ਕਰੇਗਾ, ਯੂਟਿਊਬ ਦੇ ਜ਼ਰੀਏ ਉਹਨੂੰ ਮਿਲ ਜਾਣਗੇ, ਕਿਉਂਕਿ ਤੁਹਾਡੇ ਭਾਈਆਂ ਦਾ ਟਿਕਟੋਕ ਤੇ ਵੀ ਬੜੀ ਮੁਹੱਬਤ ਹੈ, ਬਹੁਤ ਪਿਆਰ ਹੈ। ਇਹ ਦੇਖੇ ਦੋਸਤੋ ਭਾਈਓ, ਤੇ ਬਰੀਡਿੰਗ 'ਚ ਵੀ ਜਾਣ ਗਿਆ ਬੱਚੇ ਜੀ। ਹਮਜ਼ਾ ਭਾਈ ਜੋ ਮਰਜ਼ੀ ਕਾਮ ਲੈ ਲੈਣ, ਲੇਕਿਨ ਮੈਂ ਤੇ ਇਹੀ ਕਹਾਂਗਾ ਕਿ ਉਡਾਨ ਜਿਸ ਲੈਵਲ ਦੇ ਬੱਚੇ ਨੇ, ਵੇਖੋ ਜੀ ਬੱਚੇ ਘੱਟ ਹੀ ਨਜ਼ਰ ਆਉਂਦੇ ਨੇ ਇਸ ਤਰ੍ਹਾਂ। ਤੇ 1200 ਦੇ ਵਿੱਚ ਦੋਸਤੋ ਭਾਈਓ ਬੱਚਾ ਘਰ ਵੀ ਨਹੀਂ ਪਲਾਈ ਹੁੰਦਾ, ਤੇ ਅੜਲੂ ਫੜਲੂ ਬੱਚੇ ਨਹੀਂ ਹੈਗੇ ਆ, ਬੱਚੇ ਨੇ ਜਿਹੜੇ ਭਾਈ ਕੋਲ ਜਾਣਗੇ ਸਾਨੂੰ ਕਹੇਗਾ ਕਿ ਯਾਰ ਭਲਵਾਨ ਜੀ ਦੇ ਕੋਲੋਂ ਹੋਰ ਵੀ ਲੈ ਕੇ ਦਿਓ।
ਤਾਰੀਫ ਜਿਸ ਚੀਜ਼ ਦੀ ਬਣਦੀ ਹੋਏ ਉਹਦੀ ਕਰਨੀ ਵੀ ਚਾਹੀਦੀ ਹੈ ਕਿਉਂਕਿ ਸ਼ੌਕ ਨਹੀਂ ਠੀਕ ਹੈ ਦੋਸਤੋ। ਇਹ ਵੇਖੋ ਦੋਸਤੋ ਬਾਈ ਉਹ ਸਲਾਰਾ ਡੈਡੀ ਬੱਚਾ ਪ੍ਰਵਾਸ ਦੇ ਨਾਲੇ ਬੱਚੇ ਆਹੀ ਨੇ ਪਲਕਾਂ ਵੇਖੋ ਨੋਕਾਂ ਵੇਖੋ ਅਤੇ ਭਲਵਾਨ ਜੀ ਦਾ ਨੰਬਰ ਵੀ ਤੁਹਾਨੂੰ ਦੱਸ ਦਿੰਦੇ ਹਾਂ ਅਤੇ ਵੀਡੀਓ 'ਤੇ ਚਲਾ ਵੀ ਦੇਵਾਂਗੇ। ਤੇ ਭਲਵਾਨ ਜੀ ਆਪਣਾ ਨੰਬਰ ਦੱਸ ਦਿਓ ਵੇਖੋ ਜੀ ਕਬੂਤਰਾਂ 'ਚ ਕੀ ਹਾਲਤ ਹੋ ਜਾਂਦੀ ਆ ਦੋਸਤੋ ਭਾਈ ਆ ਵੇਖ ਲਓ ਤੁਹਾਡੇ ਸਾਹਿਬ ਨੇ 0331033409 ਤੋਂ ਵਟਸਐਪ 'ਤੇ ਕਾਲ ਐਸੇ ਨੰਬਰ 'ਤੇ ਆ ਦੋਸਤੋ ਭਾਈਓ। ਇਹ ਚੈੱਕ ਕਰੋ ਹਲੇ ਮੈਂ ਤੁਹਾਨੂੰ ਰਾਮਪੁਰੀ ਬੱਚੇ ਨਹੀਂ ਵਿਖਾਏ ਫੜ ਕੇ ਹਲੇ ਆ ਤੁਹਾਨੂੰ ਇਹ ਸਲੇਟੀ ਬੱਚਾ ਨਹੀਂ ਵਿਖਾਇਆ ਕੀ ਕਮਾਲ ਦੇ ਬੱਚੇ ਨੇ ਭਲਵਾਨ ਜੀ ਤੇ ਬਹੁਤ ਹੀ ਮੁਨਾਸਿਬ ਲਗਾ ਤੇ ਨੇ ਕਿ ਯਾਰ ਚਲੋ ਜਿਹੜੇ ਭਾਈ ਦੇ ਕੋਲ ਜਾਣਗੇ ਉਹਨਾਂ ਦੀ ਗੇਮ ਬਣ ਜਾਏਗੀ ਤੇ ਦੋਸਤੋ ਭਾਈਓ ਇਹ ਬੱਚੇ ਜਿੱਥੇ ਵੀ ਛੱਡੋਗੇ ਨਾ ਇਹ ਲੱਗਣਗੇ ਇਨਸ਼ਾਅੱਲਾ। ਇਹ ਤਸੱਲੀ ਬਖਸ਼ ਬੱਚੇ ਹੈਗੇ ਨੇ ਕਿ ਜਿਹਦੇ ਕੋਲ ਜਾਣਗੇ ਆਰਾਮ ਨਾਲ ਲੱਗਣਗੇ ਜੀ ਭਾਈ ਨਸਣ ਭੱਜਣ ਵਾਲੇ ਇਹਨਾਂ ਦੇ ਵਿੱਚ ਚੀਜ਼ਾਂ ਹੀ ਨਹੀਂ ਸਾਨੂੰ ਨਜ਼ਰ ਆ ਰਹੀਆਂ। ਅਜਰਾ ਭਾਈ 18 ਬੱਚੇ ਸਕੂਨ ਦੇ ਨਾਲ ਛੱਡੇਗਾ ਉਹਦੇ ਕੋਲ 18 ਦੇ 18 ਹੀ ਕੰਮ ਕਰਨਗੇ ਤੇ 18 ਦੇ 18 ਹੀ ਲੱਗਣਗੇ ਇਨਸ਼ਾਅੱਲਾ। ਤੇ ਭਲਵਾਨ ਜੀ ਬਹੁਤ ਸਾਰੀ ਦੁਆਵਾਂ ਦੇ ਨਾਲ ਇਜਾਜ਼ਤ ਦਿਓ ਪਾਕਿਸਤਾਨ ਜ਼ਿੰਦਾਬਾਦ।